ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੋਹਰਾਂ ਨਸਲ ਦੀ ਮੱਝ ਸ਼ੇਲ ਲਈ ਲੈ ਕੇ ਆਏ ਜੀ ਵੀਰਾਂ ਕੋਲੇ ਘਰ ਦੇ ਵਿੱਚ ਦੋ ਹੀ ਪਸ਼ੂ ਨੇ ਜੀ ਇੱਕ ਆ ਗਾਂ ਕੀ ਤਿੱਕ ਕੇ ਮੱਝ ਆ ਜੀ ਤੇ ਗਾਂ ਵੀਰਾਂ ਨੇ ਰੱਖੀ ਆ ਤੇ ਮੱਝ ਸ਼ੇਲ ਕਰਨੀ ਆ ਜੀ ਆਓ ਪੁੱਛਦੇ ਆ ਵੀਰ ਤੇਰੀ ਡਿਟੇਲ ਸਾਰੀ ਵੀਰ ਜੀ ਹਸੀਕਾਲ ਵੀਰ ਜੀ ਹਸੀਕਾਲ ਵੀਰ ਜੀ ਨਾਮ ਤੇ ਐਡਰੈਸ ਬੋਲੋ ਜੀ ਭਾਈ ਦਾ ਨਾਮ ਭਾਈ ਹਾਂ ਸੰਤਰਪਾਲ ਆ ਜੀ ਸੰਤਰਪਾਲ ਠੀਕ ਆ ਜੀ ਪਿੰਡ ਕਿਹੜਾ ਆਪਣਾ ਪਿੰਡ ਜੀ ਲੱਖਾ ਤੇ ਜ਼ਿਲ੍ਹਾ ਕਿਹੜਾ ਪਿਆ ਜਾਂਦਾ ਜੀ ਜ਼ਿਲ੍ਹਾ ਲੁਧਿਆਣਾ ਜੀ ਤੇ ਤਹਿਸੀਲ ਜੀ ਦਸ਼ੀਲ ਚਗਰਾਓ ਜੀ ਤਹਿਸੀਲ ਜਗਰਾਓ ਪਿਆ ਜਾਂਦੀ ਹੈ ਜੀ ਪਿੰਡ ਲੱਖਾ ਜੀ ਨੇੜੇ ਪਿੰਡ ਚੱਕਰ ਰਹਿ ਜਾਂਦਾ ਤੇ ਬਲਾਸਪੁਰ ਵੀ ਨੇੜੇ ਹੀ ਰਹਿ ਜਾਂਦਾ ਜੀ ਵੀਰ ਦਾ ਕੰਟੈਕਟ ਨੰਬਰ ਨੋਟ ਕਰੋ 99153 ਜੀ 49607 ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਉੱਪਰ ਆ ਰਿਹਾ ਵੀਰੇ ਕਿਹੜਾ ਸੂਆ ਸੂਈ ਵੀ ਹੈ ਮੱਧ ਤੀਜਾ ਜੀ ਤੀਜਾ ਸੂਆ ਠੀਕ ਹੈ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ 2 ਮਹੀਨੇ ਹੋ ਗਏ ਸੂਈ ਨੂੰ 2 ਕੁ ਮਹੀਨੇ ਹੋ ਗਏ ਹੁਣਗੇ ਜੀ ਠੀਕ ਹੈ ਵੀਰੇ ਕਿੰਨਾ ਦੁੱਧ ਆ ਹੁਣ 12 ਲੀਟਰ ਜੀ 12 ਲੀਟਰ ਦੁੱਧ ਹੈ ਇਸ ਟਾਈਮ ਤਿਆਰ ਹੈ ਜੀ ਆ ਦੇਸਾਂ ਥਾਨ ਵਗੈਰਾ ਕੱਲਾ ਕੱਲਾ ਨਿਕੜ ਮਾ ਥਾਣਾ ਚਾਰੇ ਥਾਨ ਨਿਕੜ ਮੇ ਤੇ ਪੂਰੇ ਗਾਇਬ ਤੇ ਆ ਮਗਰ ਬੱਚਾ ਕੀ ਇਹਦੇ ਕੱਟੀ ਆ ਜੀ ਕੱਟੀ ਆ ਜੀ ਕੱਟੀ ਠੀਕ ਹੈ ਵੀਰੇ ਕੱਟੀ ਤੇ ਮਿਲਦੀ ਐ ਇਹ ਨਾ ਕੱਟੀ ਵੀ ਛੱਡਣ ਦੀ ਲੋੜ ਨਹੀਂ ਪੈਂਦੀ ਆਹੀਂ ਬਹਿ ਜਾਓ ਜੀ ਠੀਕ ਆ ਥਾਪੀ ਮਾਰ ਕੇ ਉਹੀਂ ਬਹਿ ਜਾਓ ਹਾਂ ਮਾੜੀ ਤੋਰ ਕੇ ਦਿਖਾ ਦੇ ਵੀਰੇ ਇਧਰ ਨੂੰ ਲੈ ਜਾ ਲੰਮੀ ਤੋਰ ਕੇ ਦਿਖਾ ਦੇ ਕੱਟੀ ਵੀ ਵੀਰ ਕਹਿੰਦਾ ਛੱਡਣ ਦੀ ਲੋੜ ਨਹੀਂ ਪੂਰੀ ਠੰਡੀ ਸੀ ਲੈ ਥਾਪੀ ਮਾਰੋ ਤੇ ਬਹਿ ਜਾਓ ਜੀ ਆ ਦੇਸਾਂ ਦਾ ਕੰਨਗਾੜ ਚੰਗਾ 12 ਲੀਟਰ ਦੁੱਧ ਕੰਡੇ ਵਾਲਾ ਤਿਆਰ ਆ ਜੀ ਕਹਿਣ ਵਾਲੀ ਗੱਲ ਨਹੀਂ ਕਿ ਚਾਹੇ ਕੋਈ ਤਿੰਨ ਟਾਈਮ ਚਾਹੇ ਦੋ ਟਾਈਮ ਚਵਾਈ ਕਰ ਲਿਆ ਆਪਦੀ ਚੰਗੀ ਆ ਮੱਝ ਦੀ ਥਾਣਾ ਥਣ ਥਣ ਹਵਾਨੇ ਦੀ ਬਹੁਤ ਚੰਗੀ ਆ ਮੋੜ ਲਿਆ ਵੀਰੇ ਵੀਰੇ ਮੋੜ ਲਿਆ ਮੋੜ ਲਿਆ ਵੀਰੇ ਆ ਦੇਖ ਸਰ ਕੱਦ ਕਾਠ ਚੰਗਾ ਫੇਸ ਕੁਆਲਟੀ ਨੇੜ ਤੋਂ ਚੈੱਕ ਕਰ ਲੋ ਆਰਡਰ ਦੀ ਕੁਆਲਿਟੀ ਬਹੁਤ ਟੌਪ ਦੀ ਆ ਜੀ ਜਿਹੜਾ ਆਪਣਾ ਵੀਡੀਓ ਬਣਾਉਣ ਦਾ ਟਾਈਮ ਆ 1 ਵਜੇ ਦਾ ਟਾਈਮ ਆ ਜੀ ਸ਼ਾਮ ਤੱਕ ਇਹਨੇ ਆਰਡਰ ਦੀ ਕੁਆਲਿਟੀ ਪੂਰੀ ਵਧੀਆ ਬਣਾ ਲੈਣੀ ਆ ਜੀ ਆ ਦੇਖ ਸਰ ਪਿੱਠ ਪੁੜੇ ਦੀ ਚੰਗੀ ਆ ਜੀ ਮੱਝ ਥਾਂ ਤੋਂ ਬਹੁਤ ਚੰਗਾ ਲੱਗਿਆ ਵੀ ਆਰਡਰ ਦੀ ਕੁਆਲਿਟੀ ਤਾਂ ਬਾ ਕਮਾਲ ਦੀ ਆ ਬਣ ਲੱਗ ਰੇ ਬਣ ਲਾ ਅਰੇ ਸਾਹਿਬ ਆਰਡਰ ਦੀ ਕੁਆਲਿਟੀ ਪੂਰੀ ਟਾਪ ਵਰੀ ਆ ਕੀ ਰੇਟ ਰੱਖਿਆ ਵੀਰੇ ਇਹਦਾ ਇਹਦਾ ਜੀ 65 ਆ 65000 ਮਾਨ ਤਾਨ ਕਰ ਦੋਗੇ ਠੀਕ ਹੈ ਜੀ 65000 ਰੁਪਏ ਵੀਰ ਨੇ ਦਾ ਰੇਟ ਰੱਖਿਆ ਹੀ ਬਾਕੀ ਮੌਕੇ ਦੇ ਵਿੱਚ ਮਾਨ ਤਾਨ ਹੋ ਜਾਊਗਾ ਜੇ ਕਿਸੇ ਵੀਰ ਨੇ ਮੱਝ ਪਸੰਦ ਹੋਵੇ ਤਾਂ ਵੀਰ ਨਾਲ ਕੰਟੈਕਟ ਕਰ ਲਓ ਜੀ ਆ ਮਗਰ ਕੱਟੀ ਆ ਤੇ ਟਾਪ ਦੀ ਚੰਗੇ ਟੀਕੇ ਦੀ ਕੱਟੀ ਆ ਜੀ ਪਰ ਕੱਟੀ ਛੱਡਣ ਦੀ ਲੋੜ ਨਹੀਂ ਥਾਪੀ ਦੀ ਮਿਲ ਜਾਂਦੀ ਐ ਨਾ ਜਾਟ ਪਾਉਣ ਦੀ ਲੋੜ ਆਹ ਗਾਂ ਵੀਰਾਂ ਨੇ ਰੱਖਣੀ ਐ ਇੱਕ ਪਸੂ ਹੀ ਰੱਖਦੇ ਆ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਹਦੇ ਤੋਂ ਧੰਨਵਾਦ ਜੀ ਥੈਂਕ ਯੂ ਜੀ ਵੈਰੀ ਮੱਚ